ਪੰਜਾਬੀ ਫੇਮਸ ਸੂਫੀ ਸਿੰਗਰ ਹੰਸ ਰਾਜ ਹਸਤੇ ਪਰਿਵਾਰ ਜਿ ਖੁਸ਼ੀਆਂ ਮੋਰ ਦਸਤਕ ਦੇਣ ਵਾਲੀਆਂ ਨੇ ਜੀ ਹਾਂ ਹੰਸਰਾਜ ਹੰਸ ਦੂਜੀ ਵਾਰ ਦਾਦਾ ਬਣਨ ਜਾ ਰਹੇ ਨੇ ਦਰਸਲ ਉਹਨਾਂ ਦੇ ਛੋਟੇ ਪੁੱਤਰ ਯੁਵਰਾਜ ਹੰਸ ਦੀ ਪਤਨੀ ਅਤੇ ਅਦਾਕਾਰਾ مانਸੀ ਸ਼ਰਮਾ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਨੇ ਹਾਲੀ ਵਿੱਚ مانਸੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਜਿਨ੍ਹਾਂ ਵਿੱਚ ਉਹ ਬੇਬੀ ਬੰਪਰ ਫਲਾਂਟ ਕਰਦੀ ਹੋਈ ਦਿਖਾਈ ਦੇ ਰਹੀ ਹੈ ਇਹਨਾਂ ਤਸਵੀਰਾਂ ਵਿੱਚ مانਸੀ ਸ਼ਰਮਾ ਨੇ ਰੈੱਡ ਕਲਰ ਦੀ ਸ਼ਾਰਟ ਡਰੈੱਸ ਪਹਿਨੀ ਹੈ ਅਤੇ ਵੱਖਰੇ ਵੱਖਰੇ ਐਂਗਲ ਨਾਲ ਪੋਜ਼ ਕਰਦੀ ਹੋਈ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ مانਸੀ ਸ਼ਰਮਾ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਸਨੇ ਆਪਣਾ ਬੇਬੀ ਬੰਪ ਦਿਖਾਇਆ ਹੈ ਦੱਸ ਦੇਈਏ ਕਿ مانਸੀ ਸ਼ਰਮਾ ਪੰਜਾਬੀ ਫਿਲਮਾਂ ਦੇ ਨਾਲ ਨਾਲ ਟੀਵੀ ਸੀਰੀਅਲਸ ਵਿੱਚ ਵੀ ਕੰਮ ਕਰ ਚੁੱਕੀ ਹੈ مانਸੀ ਸ਼ਰਮਾ ਨੇ ਟੀਵੀ ਸੀਰੀਅਲ ਛੋਟੀ ਸਰਦਾਰਨੀ ਵਿੱਚ ਵਿੱਚ ਵੀ ਕੰਮ ਕੀਤਾ ਹੈ ਜਿਸ ਤੋਂ ਬਾਅਦ ਉਹ ਸੁਰਖੀਆਂ ਵਿੱਚ ਆ ਗਈ ਯੁਵਰਾਜ ਹੰਸ ਤੇ مانਸੀ ਸ਼ਰਮਾ ਦਾ ਪਹਿਲਾ ਇੱਕ ਪੁੱਤਰ ਵੀ ਹੈ ਜਿਸ ਦਾ ਜਨਮ 12 ਮਈ 2020 ਦੇ ਵਿੱਚ ਹੋਇਆ ਸੀ ਉੱਥੇ ਹੀ ਉਹਨਾਂ ਦੇ ਘਰ ਆਉਣ ਵਾਲੀ ਖੁਸ਼ੀ ਲਈ ਤੁਸੀਂ ਵੀ ਮਨਸੀ ਸ਼ਰਮਾ ਨੂੰ ਬlesing ਦੇਣਾ ਨਾ ਭੁੱਲਣਾ